ਇਹ ਅਸੀਂ 3 ਮੁਕੱਦਮੇ ਦਰਜ ਕੀਤੇ ਆ ਜੀ ਐਨਡੀ ਦੇ। ਇੱਕ ਮੁਕੱਦਮਾ ਨੰਬਰ 86 ਹੈ ਜੀ। ਇਹ ਦੋਸ਼ੀ ਗੁਰਸੇਵਕ ਸਿੰਘ ਉਰਫ ਸੇਵਕ, ਪੁੱਤਰ ਦਵਿੰਦਰ ਸਿੰਘ, ਵਾਸੀ ਘਨੂਪੁਰ ਕਾਲੇ, ਇਹਦੇ ਕੋਲ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇੱਕ ਮੁਕੱਦਮਾ ਨੰਬਰ 88, ਇਹ ਰਣਜੀਤ ਸਿੰਘ ਏਲੀਅਸ ਰੰਗਾ, ਸਨ ਆਫ ਜਸਵੰਤ ਸਿੰਘ, ਬਾਬਾ ਜੀਵਨ ਸਿੰਘ ਕਲੋਨੀ ਮਰੂਕੀ ਬਡਾਲੀ, ਇੱਥੋਂ 255 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ। ਇੱਕ ਤੀਸਰਾ ਮੁਕੱਦਮਾ ਜੀ 99 ਨੰਬਰ, ਇਹ ਰਾਮ ਸਿੰਘ ਏਲੀਅਸ ਲੱਡੂ, ਪੁੱਤਰ ਜੋਗਿੰਦਰ ਸਿੰਘ, ਆਬਾਦੀ ਨਾਨਕਪੁਰਾ, ਗੁਰੂ ਕੀ ਬਡਾਲੀ, ਇੱਥੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ। ਇਹ ਸਾਰਿਆਂ ਦੇ ਆਪਸ 'ਚ ਕਨੈਕਟ ਆ ਜੀ ਕਿ ਇਕੱਲੇ ਇਕੱਲੇ ਨੇ ਜੀ ਵੱਖੋ ਵੱਖ? ਇਹ ਜਿਹੜਾ ਪਹਿਲਾ ਵਾ ਘਨੂਪੁਰ ਕਾਲੇ ਵਾਲਾ ਉਹ ਤਾਂ ਇਕੱਲਾ ਹੈ ਜੀ, ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਹੈ ਜੀ। ਇਹ ਸਰ ਕਿੱਥੋਂ ਲੈ ਕੇ ਆਇਆ ਜੀ ਨਸ਼ਾ ਜੀ? ਇਹ ਅੱਗੇ ਅਸੀਂ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਉਹ ਪਤਾ ਕਰ ਰਹੇ ਹਾਂ। ਉਹ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਇਹਨਾਂ ਦੇ ਪਹਿਲੇ ਵੀ ਕੋਈ ਮੁਕੱਦਮੇ ਦਰਜ ਨੇ ਜੀ? ਹਾਂਜੀ, ਪਹਿਲਾਂ ਦਰਜ ਹੈ ਜੀ। ਇਹਨਾਂ ਦਾ ਰਿਮਾਂਡ ਵਗੈਰਾ ਮਿਲਿਆ ਜੀ? ਅੱਜ ਪੇਸ਼ ਕਰਾਂਗੇ ਜੀ, ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਜੀ। ਅਤੇ ਕਿੰਨੀ ਮਾਤਰਾ 'ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਜੀ? 100 ਗ੍ਰਾਮ ਇੱਕ ਵਾਲਿਆ ਜੀ, 255 ਗ੍ਰਾਮ ਇੱਕ ਆ, 10 ਗ੍ਰਾਮ ਇੱਕ ਆ ਜੀ।